ਮੇਰੇ ਦਿਲ ਦੀ ਪਹਿਲੀ ਕਹਾਣੀ ਪੜ੍ਹ, ਕਿਸੇ ਹੋਰ ਨੂੰ ਯਾਰ ਬਣਾਵੀ ਨਾ, ਮੈਨੂੰ ਸੋਚ ਸਮਝ ਕੇ ਦਿਲ ਦੇਵੀ, ਮੇਰੇ ਨਾਲ ਮਜ਼ਾਕ ਬਣਾਵੀ ਨਾ, ਇਸ ਪਿਆਰ ਵਿੱਚ ਰੋਲੇ ਹੁੰਦੇ ਨੇ, ਦਿਲ ਕਾਇਮ ਰੱਖੀ ਘਬਰਾਵੀ ਨਾ, ਜੇ ਤੂੰ ਮੰਗੇ ਤੇ ਮੈਂ ਜਿੰਦ ਦੇ ਸਕਣਾ, ਪਰ ਕਿਸੇ ਹੋਰ ਨੂੰ ਯਾਰ ਬਣਾਵੀ ਨਾ, ਵੈਰੀ ਜੱਗ ਸਾਰਾ ਇਸ ਪਿਆਰ ਦਾ ਏ, ਕਿਸੇ ਹੋਰ ਨੂੰ ਦਰਦ ਸੁਣਾਵੀ ਨਾ। ਅਸਲਾਮ ਅਲੈਕੁਮ, ਆ ਗਿਆ ਤੁਹਾਡਾ ਯਾਰ ਮਲਿਕ। ਦੋਸਤੋ, ਕੀ ਹਾਲ ਏ ਤੁਹਾਡਾ? ਠੀਕ ਠਾਕ ਹੋ? ਅੱਲਾ ਤੁਹਾਨੂੰ, ਤੁਹਾਡੇ ਬੱਚਿਆਂ ਨੂੰ, ਤੁਹਾਡੇ ਵੱਡਿਆਂ ਨੂੰ ਸਿਹਤ ਤੰਦਰੁਸਤੀ ਦੇਵੇ ਜੀ। ਅਤੇ ਅੱਜ ਮੈਂ ਲੈ ਕੇ ਆਇਆ ਜੀ ਰੂਸੀ ਕੁੱਤੇ ਨੇ। ਦੋਸਤ ਕਹਿੰਦੇ ਨੇ ਮਲਿਕ ਸਾਹਿਬ ਪਿੰਜਰੇ 'ਚ ਪਾ ਕੇ ਅਤੇ ਜ਼ਰਾ ਵਾਧਿਆ ਹੋ ਜਾਂਦੇ ਨੇ, ਅਤੇ ਜਨਾਬ ਪਿੰਜਰੇ 'ਚ ਪਾਏ ਨੇ, ਅਤੇ ਇਹ 2 ਮਹੀਨੇ ਇਹਨਾਂ ਦੀ ਉਮਰ, ਇਹ ਫਾਂਸੀ ਟੀਕੇ ਲੱਗੇ ਨੇ, ਡਿਵਰਮਿੰਗ ਹੋਈ ਹੈ ਜਨਾਬ, ਅਤੇ ਰੇਸ਼ਮ ਵਰਗੇ ਇਹਨਾਂ ਦੇ ਜਿਸਮ 'ਤੇ ਵਾਲ ਨੇ, ਔਰ ਜਿਹੜੀ ਇਹਨਾਂ ਦੀ ਪੁਛਲ ਹੈ ਇਹ ਗੁਲਾਈ 'ਚ ਹੋ ਜਾਂਦੀ ਹੈ ਔਰ ਫੁੱਲ ਵਰਗੀ ਬਣ ਜਾਂਦੀ ਹੈ, ਅਤੇ ਬੜੇ ਬਰੀਕ ਜਿਹੇ ਵਾਲ ਹੋ ਜਾਂਦੇ ਨੇ। ਇਹ ਜ਼ਰਾ ਘੱਲੇ 2 ਮਹੀਨੇ ਦੇ ਨੇ, ਅਤੇ ਇਹ ਥੋੜ੍ਹਾ ਚਿਰ 2-2.5 ਮਹੀਨੇ 3 ਦੇ ਹੋਣਗੇ, ਅਤੇ ਜਨਾਬ ਤੁਸੀਂ ਵੇਖਣਾ ਇਹਨਾਂ ਦੇ ਜਿਸਮ 'ਤੇ ਹੱਥ ਫੇਰੋਗੇ ਤਾਂ ਉਹਨੂੰ ਇੰਝ ਲੱਗੇਗਾ ਜਿਵੇਂ ਤੁਸੀਂ ਕੋਈ ਰੇਸ਼ਮ ਦਾ ਕੱਪੜਾ ਹੱਥ 'ਚ ਫੜਿਆ। ਅਤੇ ਬਹੁਤ ਪਿਆਰੀ ਬਰੀਡ ਹੈ ਜੀ, ਪਿੰਕ ਰੰਗ ਦਾ ਇਹਨਾਂ ਦਾ ਨੱਕ ਹੁੰਦਾ, ਕਾਲੀਆਂ ਇਹਨਾਂ ਦੀਆਂ ਅੱਖਾਂ ਹੁੰਦੀਆਂ ਨੇ, ਰੇਸ਼ਮ ਵਰਗੇ ਇਹਨਾਂ ਦੇ ਵਾਲ ਹੁੰਦੇ, ਇਹਨਾਂ ਦੇ ਸ਼ੇਰਾਂ ਵਰਗੀ ਇਹਨਾਂ ਦੀ ਚਾਲ ਹੁੰਦੀ ਹੈ, ਬਹੁਤ ਜ਼ਬਰਦਸਤ ਹੁੰਦੇ ਨੇ ਜੀ। ਰੂਸੀ ਇਹਨਾਂ ਨੂੰ ਕਹਿੰਦੇ ਜੀ, ਰੂਸੀ 0 ਸਾਈਜ਼ ਵਾਲੇ। ਦੋਸਤੋ, ਜਿਹੜੇ ਵੀਰ ਨੂੰ, ਦੋਸਤ ਨੂੰ ਸ਼ੌਕ ਹੋਵੇ ਉਹ ਜਨਾਬ ਸਾਡੇ ਕੋਲੋਂ ਮੰਗਾ ਸਕਦਾ। ਕਾਰਗੋ ਦੀ ਸਹੂਲਤ ਜਿਹੜੀ ਹੈ ਭਾਈ ਜਾਨ ਪੂਰੇ ਪਾਕਿਸਤਾਨ 'ਚ ਮੌਜੂਦ ਹੈ, ਜਿੱਥੇ ਮੇਰਾ ਵੀਰ ਦੋਸਤ ਕਹੇਗਾ ਜਨਾਬ ਉੱਥੇ ਅਸੀਂ ਪਹੁੰਚਾ ਦਾਂਗੇ। ਅਤੇ ਦੋਸਤੋ, ਚੈਨਲ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ। ਦੋਸਤੋ, ਇੱਕ ਘੰਟੀ ਦਾ ਬਟਨ ਹੁੰਦਾ, ਉਹਨੂੰ ਤੁਸੀਂ ਦਬਾਉਣਾ ਹੁੰਦਾ, ਉਹਦੇ 'ਤੇ ਤੁਹਾਡਾ ਕੋਈ ਖਰਚਾ ਨਹੀਂ ਹੋਣਾ ਹੁੰਦਾ, ਨਾ ਤੁਹਾਡਾ ਬੈਲੈਂਸ ਜ਼ਾਇਆ ਹੋਣਾ, ਨਾ ਤੁਹਾਡੇ ਜਨਾਬ ਕੋਈ ਉਹਦੇ 'ਤੇ ਪੈਸੇ ਲੱਗਣੇ ਨੇ, ਠੀਕ ਹੈ ਨਾ। ਇੱਕ ਘੰਟੀ ਦੇ ਬਟਨ ਨੂੰ ਮਿਹਰਬਾਨੀ ਕਰਕੇ ਦਬਾ ਦਿਆ ਕਰੋ। ਮੈਂ ਤੁਹਾਡੀ ਖਾਤਰ ਵੀਡੀਓ ਲਿਆਉਂਦਾ, ਮੈਨੂੰ ਤੁਹਾਡੇ ਵੱਲੋਂ ਪਿਆਰ ਮਿਲ ਜਾ ਕਰੇ, ਅਤੇ ਮੈਨੂੰ ਵੀ ਹੌਸਲਾ ਹੋ ਜਾਂਦਾ ਕਿ ਯਾਰ ਮੇਰੇ ਵੀਰ ਜਿਹੜੇ ਮੇਰੇ ਭਾਈ ਨੇ ਮੇਰੀ ਵੀਡੀਓ ਨੂੰ ਪਸੰਦ ਕਰਦੇ ਨੇ, ਔਰ ਜਨਾਬ ਤੁਹਾਡੀ ਖਾਤਰ ਫਿਰ ਵੀਡੀਓ ਮੈਂ ਜਿਹੜਾ ਸ਼ੌਕ ਨਾਲ ਬਣਾਵਾਂ। ਔਰ ਦੂਸਰਾ, ਜਦੋਂ ਵੀ ਮੈਂ ਕੋਈ ਵੀਡੀਓ ਲਾਵਾਂਗਾ ਤਾਂ ਉਹਦਾ ਜਨਾਬ ਮੈਸੇਜ ਤੁਹਾਨੂੰ ਫੌਰੀ ਮਿਲ ਜਾਏਗਾ, ਤੁਸੀਂ ਫਿਰ ਫੌਰੀ ਮੇਰੇ ਕੋਲ ਜੋ ਚੀਜ਼ ਲੈਣੀ ਹੋਵੇ ਉਹ ਰਾਬਤਾ ਕਰ ਸਕਦੇ ਹੋ। ਅਤੇ ਦੋਸਤੋ, ਮੇਰਾ ਯੂਟਿਊਬ 'ਤੇ ਚੈਨਲ ਹੈ ਮਲਿਕ ਹੰਟਰ ਦੇ ਨਾਮ 'ਤੇ, ਜਿੱਥੇ ਇਹ ਵੀਡੀਓ ਤੁਸੀਂ ਵੇਖਦੇ ਪਏ ਹੋ ਜਾਂ ਵੇਖੋਗੇ, ਅਤੇ ਉੱਥੇ ਜਨਾਬ ਮੈਂ ਕਾਫੀ ਸਾਰੀਆਂ ਵੀਡੀਓ ਲਾਈਆਂ ਨੇ, ਜਿਹੜੀਆਂ ਤਿੱਤਰਾਂ ਦੇ ਬਾਰੇ ਨੇ, ਮੋਰਾਂ ਦੇ ਬਾਰੇ ਨੇ, ਚਕੋਰਾਂ ਦੇ ਬਾਰੇ ਨੇ, ਮੁਰਗੀਆਂ ਦੇ ਬਾਰੇ ਨੇ, ਕੁੱਤਿਆਂ ਦੇ ਬਾਰੇ ਨੇ, ਠੀਕ ਹੈ ਨਾ, ਅਤੇ ਹੋਰ ਵੀ ਕਾਫੀ ਸ਼ਿਕਾਰੀ ਚੀਜ਼ਾਂ ਨੇ ਜਿਨ੍ਹਾਂ ਦੇ ਬਾਰੇ ਮੈਂ ਵੀਡੀਓ ਲਾਈਆਂ ਹੁੰਦੀਆਂ ਨੇ, ਅਤੇ ਤੁਸੀਂ ਵੀ ਜਨਾਬ ਵੀਡੀਓ ਨੂੰ ਜਿਹੜਾ ਉਹ ਜਾ ਕੇ ਦੇਖਿਆ ਕਰੋ। ਔਰ ਜੇ ਅਗਰ ਤੁਸੀਂ ਕੋਈ ਗੱਲ ਪੁੱਛਣੀ ਹੋਵੇ ਕਿਤੇ ਜਾਨਵਰ ਦੇ ਬਾਰੇ, ਪਰਿੰਦੇ ਦੇ ਬਾਰੇ, ਤਾਂ ਜਨਾਬ ਉਹ ਵੀ ਤੁਸੀਂ ਸਾਡੇ ਕੋਲੋਂ ਫੋਨ 'ਤੇ ਪੁੱਛ ਸਕਦੇ ਹੋ। ਅਤੇ ਦੋਸਤੋ, ਅਗਰ ਚੀਜ਼ ਕੋਈ ਵੀ ਤੁਹਾਨੂੰ ਦਿਲ ਕਰਦਾ ਮੰਗਾਉਣ 'ਤੇ, ਤਾਂ ਉਹਦਾ ਤੁਸੀਂ ਜਿਹੜਾ ਮੇਰਾ ਰਾਬਤਾ ਨੰਬਰ ਹੈ ਉਹ ਲਿਖ ਲਵੋ, 0303-4858-273। ਇਹ ਮੇਰਾ ਰਾਬਤਾ ਨੰਬਰ ਹੈ ਜੀ, ਇਹਦੇ 'ਤੇ ਦੋਸਤ ਮੇਰੇ ਰਾਬਤਾ ਕਰ ਸਕਦੇ ਹੋ। ਅਗਰ ਕਿਸੇ ਵਜ੍ਹਾ ਤੋਂ ਮੈਂ ਫੋਨ ਨਹੀਂ ਚੁੱਕ ਸਕਦਾ ਤਾਂ ਤੁਸੀਂ ਆਵਾਜ਼ ਵਾਲਾ ਮੈਸੇਜ ਘੱਲ ਸਕਦੇ ਹੋ ਕਿ ਮਲਿਕ ਸਾਹਿਬ ਮੈਨੂੰ ਫਲਾਣੀ ਚੀਜ਼ ਚਾਹੀਦੀ ਹੈ ਜਨਾਬ,
ਅਤੇ ਉਹ ਸਾਨੂੰ ਮਿਲ ਜਾਏਗੀ ਅਤੇ ਜਨਾਬ ਤੁਹਾਨੂੰ ਜ਼ਰੂਰ ਮਿਲੇਗੀ ਇਨਸ਼ਾਅੱਲਾ। ਅਤੇ ਦੋਸਤੋ, ਕਾਰਗੋ ਦੀ ਸਹੂਲਤ ਜਿਹੜੀ ਹੈ ਪੂਰੇ ਪਾਕਿਸਤਾਨ 'ਚ ਮੌਜੂਦ ਹੈ, ਜਿੱਥੇ ਮੇਰਾ ਵੀਰ ਦੋਸਤ ਬਜ਼ੁਰਗ ਕਹੇਗਾ ਅਤੇ ਅੱਲਾਹ ਦੇ ਫਜ਼ਲ ਦੇ ਨਾਲ ਤੁਹਾਡੇ ਘਰ ਤੱਕ ਚੀਜ਼ ਜਿਹੜੀ ਹੈ ਪਹੁੰਚ ਜਾਏਗੀ। ਅਤੇ ਉਹ ਜਨਾਬ ਅਸੀਂ ਵੀ ਇਸੇ ਤਰ੍ਹਾਂ ਦੋਸਤ ਜਿਹੜੇ ਨੇ ਸਾਨੂੰ ਕਹਿ ਦਿੰਦੇ ਨੇ, ਉਹ ਦੋਸਤ ਬਾਹਰ ਬੈਠੇ ਨੇ, ਕੋਈ ਅਮਰੀਕਾ ਬੈਠਾ, ਕੋਈ ਕੈਨੇਡਾ ਬੈਠਾ, ਅੱਲਾਹ ਉਹਨਾਂ ਨੂੰ ਜ਼ਿੰਦਗੀ ਦੇਵੇ, ਠੀਕ ਹੈ ਨਾ। ਅਤੇ ਕੋਈ ਜਰਮਨੀ ਬੈਠਾ, ਕੋਈ ਥਾਈਲੈਂਡ ਬੈਠਾ, ਅਤੇ ਕੋਈ ਦੁਬਈ ਹੈ, ਉੱਥੋਂ ਫੋਨ ਕਰਦੇ ਨੇ ਕਿ ਮਲਿਕ ਸਾਹਿਬ ਫਲਾਣੀ ਚੀਜ਼ ਸਾਨੂੰ ਚਾਹੀਦੀ ਹੈ, ਉਹ ਜਨਾਬ ਅਸੀਂ ਉਹਨਾਂ ਦੇ ਘਰ ਅੱਲਾਹ ਦੇ ਫਜ਼ਲ ਦੇ ਨਾਲ ਪਹੁੰਚਾ ਦਿੰਦੇ ਹਾਂ, ਠੀਕ ਹੈ ਨਾ। ਇਹ ਜਿਹੜੇ ਦੋਸਤ ਮੰਗਾਉਂਦੇ ਨੇ ਤੁਸੀਂ ਉਹਨਾਂ ਕੋਲੋਂ ਵੀ ਪੁੱਛ ਸਕਦੇ ਹੋ, ਅਤੇ ਅੱਲਾਹ ਦੇ ਫਜ਼ਲ ਦੇ ਨਾਲ ਜਿੱਦਣ ਉਹਨਾਂ ਨੇ ਆਰਡਰ ਦੇਣਾ ਉਸ ਤੋਂ ਅਗਲੇ ਦਿਨ ਉਹਨਾਂ ਦੇ ਘਰ ਚੀਜ਼ ਜਿਹੜੀ ਹੈ ਅੱਲਾਹ ਦੇ ਫਜ਼ਲ ਨਾਲ ਪਹੁੰਚ ਜਾਂਦੀ ਹੈ, ਸਿਹਤਮੰਦ, ਮੋਟੀ, ਤਾਜ਼ੀ। ਔਰ ਜਨਾਬ ਮਾੜੀ ਚੀਜ਼ ਅਸੀਂ ਨਹੀਂ ਰੱਖਦੇ, ਜਿਹੜੇ ਖਾਂਦੇ ਪੀਂਦੇ ਹੋਣਗੇ ਖੁਦ, ਠੀਕ ਹੈ, ਫਾਸੀ ਟੀਕੇ ਲੱਗੇ ਹੋਣਗੇ, ਡਿਵਰਮਿੰਗ ਹੋਈ ਹੋਏਗੀ, ਅਤੇ ਜਨਾਬ ਅੱਲਾਹ ਦੇ ਫਜ਼ਲ ਦੇ ਨਾਲ ਉਹਨਾਂ ਦੇ ਘਰ ਜਿਹੜਾ ਉਹ ਪਹੁੰਚ ਜਾਣਗੇ। ਅਤੇ ਦੋਸਤੋ, ਇਹ ਰੂਸੀ ਕੁੱਤੇ ਨੇ, ਜ਼ੀਰੋ ਸਾਈਜ਼ ਵਾਲੇ, ਠੀਕ ਹੈ ਨਾ ਜੀ। ਅਤੇ ਜਿਹੜੇ ਮੇਰੇ ਵੀਰ ਨੂੰ, ਦੋਸਤ ਨੂੰ ਚਾਹੀਦੇ ਹੋਣ, ਬਿਲਕੁਲ ਰੇਸ਼ਮ ਵਰਗੇ ਹੁੰਦੇ ਨੇ, ਤੁਹਾਨੂੰ ਮੈਂ ਅੱਗੇ ਵੀ ਦੱਸਿਆ ਕਿ ਪਿੰਕ ਰੰਗ ਦਾ ਇਹਨਾਂ ਦਾ ਨੱਕ ਹੁੰਦਾ, ਕਾਲੀਆਂ ਇਹਨਾਂ ਦੀਆਂ ਅੱਖਾਂ ਹੁੰਦੀਆਂ ਨੇ, ਅਤੇ ਜਨਾਬ ਰੇਸ਼ਮ ਵਰਗੇ ਇਹਨਾਂ ਦੇ ਵਾਲ ਹੁੰਦੇ ਨੇ, ਸ਼ੇਰਾਂ ਵਰਗੀ ਇਹਨਾਂ ਦੀ ਚਾਲ ਹੁੰਦੀ ਹੈ, ਬਹੁਤ ਹੀ ਖੂਬਸੂਰਤ ਲੱਗਦੇ ਨੇ, ਠੀਕ ਹੈ ਨਾ। ਅਤੇ ਜਦੋਂ ਇਹਨਾਂ ਦੇ ਜਿਸਮ 'ਤੇ ਤੁਸੀਂ ਹੱਥ ਫੇਰੋਗੇ ਤਾਂ ਤੁਹਾਨੂੰ ਆਪ ਮਹਿਸੂਸ ਹੋਏਗਾ ਕਿ ਮੈਂ ਕਿਸੇ ਰੇਸ਼ਮ ਵਾਲੀ ਜਗ੍ਹਾ 'ਤੇ ਜਨਾਬ ਹੱਥ ਲਾ ਰਹੇ ਅਸੀਂ, ਠੀਕ ਹੈ ਨਾ ਜੀ। ਬੜਾ ਹੀ ਪਿਆਰਾ ਲੱਗਦਾ ਜੀ, ਅਤੇ ਪਿੰਕ ਰੰਗ ਦਾ ਇਹਨਾਂ ਦਾ ਨੱਕ ਹੁੰਦਾ, ਔਰ ਪੁਸ਼ਲ ਜਿਹੜੀ ਹੁੰਦੀ ਹੈ ਇਹਨਾਂ ਦੀ, ਪੁਸ਼ਲ ਨੂੰ ਫੁੱਲ ਬਣ ਜਾਂਦਾ, ਬੜੇ ਖੂਬਸੂਰਤ ਸਫੈਦ ਰੰਗ ਦੀ ਪੁਸ਼ਲ ਹੁੰਦੀ ਹੈ। ਵਾਲ ਜਿਹੜੇ ਨੇ ਸਿਲਕੀ ਹੁੰਦੇ ਨੇ ਔਰ ਝਲਕਦੇ ਨੇ ਵਾਲ, ਅਤੇ ਬੜੇ ਪਿਆਰੀ ਬਰੀਡ ਹੁੰਦੀ ਹੈ। ਜ਼ੀਰੋ ਸਾਈਜ਼ ਹੁੰਦਾ, ਸਭ ਤੋਂ ਛੋਟਾ ਸਾਈਜ਼ ਜਿਹੜਾ ਉਹ ਕੁੱਤਿਆਂ ਦੇ ਵਿੱਚ ਉਹ ਇਹਦਾ ਜ਼ੀਰੋ ਸਾਈਜ਼ ਹੁੰਦਾ, ਠੀਕ ਹੈ ਨਾ ਜੀ। ਅਤੇ ਇਹ ਜਨਾਬ ਖਾਂਦੇ ਪੀਂਦੇ ਨੇ, ਥੋੜ੍ਹੀ ਖੁਰਾਕ ਖਾਂਦੇ ਨੇ, ਇਹਨਾਂ ਜ਼ਿਆਦਾ ਇਹਨਾਂ ਦਾ ਉਹ ਹੁੰਦਾ ਨਹੀਂ ਜਿਸਮ, ਅਤੇ ਉਹ ਜਨਾਬ ਇਹ ਫਿਰ ਉਹਦੇ 'ਚ ਹੀ ਆਪਣਾ ਗੁਜ਼ਾਰਾ ਜਿਹੜਾ ਕਰਦੇ ਨੇ। ਜਿਹੜੇ ਵੱਡੇ ਹੁੰਦੇ ਨੇ, ਬੋਲੀ ਹੁੰਦੇ ਨੇ, ਜਾਂ ਪੁਆਇੰਟਰ ਹੁੰਦੇ ਨੇ, ਜਾਂ ਲੈਬਰਾ ਹੁੰਦੇ ਨੇ, ਉਹਨਾਂ ਦੀ ਖੁਰਾਕ ਜ਼ਿਆਦਾ ਹੁੰਦੀ, ਕਿਉਂਕਿ ਉਹਨਾਂ ਦੇ ਕੱਦ ਘੱਟ ਵੱਡੇ ਹੁੰਦੇ ਨੇ। ਅਤੇ ਇਹ ਜਨਾਬ ਥੋੜ੍ਹੀ ਜਿਹੀ ਜਗ੍ਹਾ ਦੇ ਉੱਤੇ ਹੀ, ਛੋਟੇ ਜਿਹੇ ਪਿੰਜਰਾ ਦੇਖੋ ਤੁਹਾਡੇ ਸਾਹਮਣੇ ਆ, ਉਹਦੇ 'ਚ ਵੀ ਇਹ ਗੁਜ਼ਾਰਾ ਕਰ ਲੈਂਦੇ ਆ। ਥੋੜ੍ਹੀ ਜਗ੍ਹਾ ਦੇਵੋਗੇ, ਉੱਥੇ ਵੀ ਆਰਾਮ ਨਾਲ ਆਪਣਾ ਗੁਜ਼ਾਰਾ ਕਰਕੇ ਬਹਿ ਜਾਂਦੇ ਨੇ ਸਕੂਨ ਨਾਲ, ਠੀਕ ਹੈ ਨਾ ਜੀ। ਅਤੇ ਇਹ ਜਨਾਬ ਘਰ ਦੇ ਵਿੱਚ ਬਹੁਤ ਖੂਬਸੂਰਤ ਲੱਗਦੇ ਨੇ, ਡੈਕੋਰੇਸ਼ਨ ਪੀਸ ਹੀ ਜਿਵੇਂ ਹੁੰਦਾ ਹੈ ਇਵੇਂ ਦੇ ਹੁੰਦੇ ਨੇ। ਅਤੇ ਜਿਹੜੇ ਵੀਰ ਨੂੰ, ਦੋਸਤ ਨੂੰ ਚਾਹੀਦੇ ਹੋਣ, ਰਾਬਤਾ ਨੰਬਰ ਜਨਾਬ ਮੈਂ ਲਹਾ ਦਿੱਤਾ, ਚੈਨਲ ਨੂੰ ਲਾਈਕ ਸ਼ੇਅਰ ਕਰ ਦਿਆ ਕਰੋ, ਠੀਕ ਹੈ ਨਾ। ਅਤੇ ਰਾਬਤਾ ਨੰਬਰ ਮੈਂ ਤੁਹਾਨੂੰ ਲਹਾ ਦਿੱਤਾ, ਤੁਸੀਂ ਲੈਣਾ ਹੋਵੇ ਤਾਂ ਜਨਾਬ ਤੁਸੀਂ ਸਾਡੇ ਕੋਲੋਂ ਮੰਗਾ ਸਕਦੇ ਹੋ। ਸਾਡੇ ਕੋਲ ਜਿਹੜੇ ਨੇ ਉਹ ਪਿਓਰ ਹੋਣਗੇ, ਤੁਹਾਨੂੰ ਜਿਹੜੇ ਮੈਂ ਦੱਸੇ ਨੇ, ਇੱਕ ਨੰਬਰ ਚੀਜ਼ ਕੁਆਲਿਟੀ ਵਾਲੀ ਹੋਏਗੀ, ਅਤੇ ਰੇਸ਼ਮ ਵਰਗੇ ਵਾਲਾਂ ਵਾਲੀ, ਠੀਕ ਹੈ ਨਾ, ਉਹ ਹੋਏਗਾ। ਅਤੇ ਪਿੰਕ ਰੰਗ ਦਾ ਇਹਦਾ ਨੱਕ ਹੋਏਗਾ, ਕਾਲੀਆਂ ਇਹਨਾਂ ਦੀਆਂ ਅੱਖਾਂ ਹੋਣਗੀਆਂ, ਅਤੇ ਜਨਾਬ ਇਹਨਾਂ ਦੇ ਕੰਨ ਜਿਹੜੇ ਨੇ ਉਹ ਖੜ੍ਹੇ ਹੋਣਗੇ, ਇਹ ਨਿਸ਼ਾਨੀ ਹੁੰਦੀ ਹੈ। ਔਰ ਜਿਹੜੀ ਪੁਸ਼ਲ ਹੋਏਗੀ ਉਹਨੂੰ ਫੁੱਲ ਵਾਲਾ ਵਲ ਪੈ ਜਾਏਗਾ, ਬੜਾ ਖੂਬਸੂਰਤ ਗੁਲਾਈ ਦੇ ਵਿੱਚ, ਠੀਕ ਹੈ ਨਾ ਜੀ। ਅਤੇ ਇਹ ਜਨਾਬ ਤੁਸੀਂ, ਤੁਹਾਨੂੰ ਸਾਰਾ ਕੁਝ ਸਕਰੀਨ 'ਤੇ ਜੋ ਜੋ ਮੈਂ ਕਹਿ ਰਿਹਾ ਨਜ਼ਰ ਆ ਰਿਹਾ, ਅਤੇ ਇਹ ਬੜੀ ਪਿਆਰੀ ਬਰੀਡ ਹੈ। ਜਿਹੜੇ ਵੀਰ ਨੂੰ, ਦੋਸਤ ਨੂੰ ਸ਼ੌਕ ਹੋਵੇ, ਉਹ ਜਨਾਬ ਸਾਨੂੰ ਫੋਨ ਕਰਕੇ ਅਤੇ ਸਾਨੂੰ ਆਰਡਰ ਕਰਾ ਸਕਦਾ, ਅਤੇ ਅਸੀਂ ਜਨਾਬ ਉਹਨਾਂ ਨੂੰ ਡਿਲੀਵਰ ਕਰ ਦਿਆਂਗੇ, ਠੀਕ ਹੈ ਨਾ ਜੀ। ਅਤੇ ਹੋਰ ਵੀ ਤੁਹਾਨੂੰ ਇਹਦੇ ਤੋਂ ਇਲਾਵਾ ਕੋਈ ਚੀਜ਼ ਚਾਹੀਦੀ ਹੋਵੇ ਤਾਂ ਜਨਾਬ ਤੁਸੀਂ ਸਾਡੇ ਕੋਲੋਂ ਪੁੱਛ ਸਕਦੇ ਹੋ। ਅਤੇ ਫਿਸ਼ ਐਂਡ ਵੀ ਹੁੰਦੇ ਨੇ ਸਾਡੇ ਕੋਲ, ਤਿੱਤਰ ਵੀ ਹੁੰਦੇ ਨੇ, ਚਕੋਰ ਵੀ ਹੁੰਦੇ ਨੇ, ਮੋਰ ਵੀ ਹੁੰਦੇ ਨੇ, ਅਤੇ ਜਨਾਬ ਸਾਡੇ ਕੋਲ ਲੈਬਰਾ ਵੀ ਹੁੰਦੇ ਨੇ, ਠੀਕ ਹੈ ਨਾ, ਤਾਜ਼ੀ ਵੀ ਹੁੰਦੇ ਨੇ, ਇੰਗਲਿਸ਼ ਪੁਆਇੰਟਰ, ਜਰਮਨ ਪੁਆਇੰਟਰ, ਅਤੇ ਇਹ ਵੀ ਛੋਟੇ ਬੱਚੇ ਜਿਹੜੇ ਨੇ ਉਹ ਵੀ ਮਿਲ ਜਾਣਗੇ ਤੁਹਾਨੂੰ, ਠੀਕ ਹੈ ਨਾ ਜੀ। ਅਤੇ ਜਰਮਨ ਪੁਆਇੰਟਰ ਵੀ ਉਹ ਆਪਣੇ ਕੋਲ ਹੁੰਦੇ ਨੇ, ਇੰਗਲਿਸ਼ ਪੁਆਇੰਟਰ ਵੀ ਹੁੰਦੇ ਨੇ, ਅਤੇ ਉਹ ਵੀ ਇਨਸ਼ਾਅੱਲਾ ਜਿਹੜਾ ਉਹ ਤੁਹਾਨੂੰ ਦਿਖਾਵਾਂਗੇ ਉਹਦੀ ਵੀਡੀਓ ਵੀ, ਅਤੇ ਬੜੇ ਜ਼ਬਰਦਸਤ ਨੇ, ਮਜ਼ੇਦਾਰ ਨੇ। ਅਤੇ ਤੁਸੀਂ ਵੀ ਕੋਈ ਚੀਜ਼ ਲੈਣੀ ਹੋਵੇ ਤਾਂ ਜਨਾਬ ਸਾਡੇ ਕੋਲੋਂ ਤੁਸੀਂ ਮੰਗਾ ਸਕਦੇ ਹੋ। ਸੀਲ ਮੁਰਗਿਆਂ ਦੇ ਬੱਚੇ ਵੀ ਹੁੰਦੇ ਨੇ,
ਠੀਕ ਹੈ ਨਾ। ਹਰ ਸ਼ੈ ਅੱਲਾ ਦੇ ਫਜ਼ਲ ਨਾਲ ਅਸੀਂ ਫਾਰਮ ਆਪਣੇ ਦੇ ਉੱਤੇ ਰੱਖੀ ਹੈ, ਜੋ ਤੁਹਾਨੂੰ ਚਾਹੀਦਾ ਹੋਵੇ ਅਤੇ ਜਨਾਬ ਸਾਡੇ ਕੋਲੋਂ ਕਾਰਗੋ ਦੀ ਸਹੂਲਤ ਮੌਜੂਦ ਹੈ। ਅਤੇ ਦੋਸਤੋ ਮੈਨੂੰ ਵੀ ਦੁਆਵਾਂ ਯਾਦ ਰੱਖਣਾ, ਮੈਂ ਤੁਹਾਡੇ ਲਈ ਦੁਆਵਾਂ ਕਰਨਾ। ਬਹੁਤ ਸ਼ੁਕਰੀਆ, ਅਸਲਾਮ ਅਲੈਕੁਮ।